ਕਹਿ ਮੁਸ਼ਕਤ ਮੁਸ਼ਕਤ ਕੀਤੀ ਕਾਲ ਕਮਾਈ ਹੈ ਸ਼ਬਦ ਵਿਚਾਰ ਮੁਸ਼ਕਤ ਹੈ ਸੋਝੀ ਹੈ ਜਿਹੜੀ ਗੁਰਬਾਣੀ ਆਤਮ ਗਿਆਨ ਹੈ ਇਹ ਕਰਨਾ ਅੱਗੇ ਕੀ ਮਿਲੂ ਤੁਹਾਨੂੰ ਅੱਗੇ ਕੀ ਜਾਊ ਤੁਹਾਡੇ ਨਾਲ ਅੱਗੇ ਜਾਊਗਾ ਨਾ ਇਹਦੀ ਕਲਨਾ ਕਰੋ ਕਿ ਇਹ ਨਾਲ ਜਾਓ ਇਹ ਗੱਲ ਮੰਨੀ ਹੋਈ ਹੈ ਗੁਰਬਾਣੀ 'ਚ ਵੀ ਜਿਹੜਾ ਭਗਤ ਹੈ ਉਹਦੀ ਕਮਾਈ ਦਾ ਹਿੱਸਾ ਤਾਂ ਨਹੀਂ ਮਿਲਦਾ ਕਮਾਈ ਦਾ ਹਿੱਸਾ ਤਾਂ ਨਹੀਂ ਮਿਲਦਾ ਪਰ ਉਹਦਾ ਜੇ ਮੁਕਤ ਹੋ ਜਾਂਦਾ ਉਹਦਾ ਬੈਨੀਫਿਟ ਅੱਗੇ ਕਿਤਨਾ ਨੂੰ ਮਿਲਦਾ ਕਿਉਂਕਿ ਉਹਦੀ ਕਮਾਈ ਦੇ ਵਿੱਚੋਂ ਇਹ ਹੋਇਆ ਹੈ ਜੋ ਸਟੈਂਡ ਕਰਦਾ ਕੋਈ ਭਗਤ ਪਿੱਛੇ ਦੀ ਪਿੱਛੇ ਜੋ ਬਾਪ ਦਾਦਿਆਂ ਦੀ ਹੈ ਨਾ ਜਨਰੇਸ਼ਨ ਦੀ ਇੱਕ ਚੇਨ ਬਣੀ ਹੋਈ ਹੁੰਦੀ ਹੈ ਚੇਨ ਬਣੀ ਆਉਂਦੀ ਹੈ ਮੋਦੀ ਮੋਦੀ ਚੇਨ ਬਣੀ ਹੋਈ ਆਉਂਦੀ ਜਨਮ ਜਿਹੜੇ ਨੇ ਨਾ ਮੋਹ ਦੇ ਵਿੱਚ ਲਏ ਜਾਂਦੇ ਨੇ ਹੁਣ ਦੇਖੋ ਜਿਹੜੇ ਬੇਦੀ ਨੇ ਹੁਣ ਤੱਕ ਉਹਨਾਂ ਨੂੰ ਬੈਨੀਫਿਟ ਮਿਲੀ ਜਾਂਦੇ ਕਮ ਅਜ਼ ਕਮ ਬੇਦੀ ਨੇ ਜਿਹੜੇ ਉਹਨਾਂ 'ਤੇ ਇਹ ਪ੍ਰਭਾਵ ਪੈਂਦਾ ਵੀ ਸਾਡਾ ਨਾਨਕ ਸੀਗਾ ਅਸੀਂ ਕੁਛ ਚੰਗੇ ਪਾਸੇ ਲੱਗੀਏ ਬੈਨੀਫਿਟ ਤਾਂ ਮਿਲਦਾ ਉਹਨਾਂ ਨੂੰ ਕਰੇ 'ਤੇ ਹੀ ਕੁਛ ਕਰੇ 'ਤੇ ਹੀ ਮਿਲਦਾ ਪਰ ਇਹੀ ਬੈਨੀਫਿਟ ਹੈ ਜਿਵੇਂ ਕੋਈ ਬਾਣਾ ਪਾ ਲੈਂਦਾ ਬਾਣਾ ਨੂੰ ਮਜਬੂਰ ਕਰਦਾ ਕਿ ਤੂੰ ਗਲਤ ਕੰਮ ਨਹੀਂ ਕਰ ਸਕਦਾ ਤੂੰ ਪਾ ਕੇ ਬਾਣਾ ਸਿਰ ਵਿੱਚ ਨਹੀਂ ਪੈ ਸਕਦਾ ਜਾ ਕੇ ਲੋਕ ਕੀ ਕਹਿਣਗੇ ਬਾਣਾ ਇਹ ਤਾਂ ਗੱਲ ਉਹਦੇ ਉਂਗਲੀ ਤੋਂ ਉੱਠੂ ਲੋ ਪਰ ਬਾਣੇ ਦਾ ਇੰਨਾ ਹੀ ਫਾਇਦਾ ਹੋਰ ਫਾਇਦਾ ਕੀ ਇਹਦਾ ਬਾਣੇ ਦਾ ਇੰਨਾ ਹੀ ਫਾਇਦਾ ਹੋਰ ਕੀ ਪਰ ਉਹ ਠੇਕੇ ਤੋਂ ਵਿਆਹ ਕੇ ਬੋਤਲ ਨਹੀਂ ਲੈ ਸਕਦਾ ਸਾਡੇ ਕਈ ਸਿੰਘ ਸ਼ਰਾਬ ਪੀਂਦੇ ਸੀ ਉਹ ਕਹਿੰਦਾ ਵੀ ਤੂੰ ਲਿਆ ਦੇ ਮੈਂ ਠੇਕੇ ਤੇ ਨਹੀਂ ਜਾ ਸਕਦਾ ਕਿਉਂ ਬਾਣਾ ਪਾਇਆ ਹੋਇਆ ਦੇਖੋ ਬਾਣਾ ਅੜਿੱਕਾ ਬਣ ਗਿਆ ਉਹਦੇ ਮੂੰਹ ਅੜਿੱਕਾ ਬਣ ਗਿਆ ਇਹ ਬਸ ਇੰਨਾ ਕੁ ਫਾਇਦਾ ਹੁੰਦਾ ਇਹਦਾ ਬਾਣੇ ਦਾ ਹੋਰ ਬਹੁਤਾ ਨਹੀਂ ਹੁੰਦਾ ਉਹਨੂੰ ਮਜਬੂਰ ਤਾਂ ਕਰਦਾ ਇਹ ਤਾਂ ਪਾਉਂਦੇ ਨੇ ਇਹਦਾ ਇੰਨਾ ਕੁ ਲਾਭ ਹੈ ਉਹਨੂੰ ਸ਼ਰਮ ਕਰਦਾ ਵੀ ਤੂੰ ਸ਼ਰਮ ਕਰ ਕੁਛ ਇੰਨਾ ਕੁ ਤਾਂ ਹੈ ਜੇ ਇਹ ਨਾ ਹੋਵੇ ਜਿਹਦੇ ਇਹ ਨਹੀਂ ਉਹਨੂੰ ਕੋਈ ਮਤਲਬ ਇਹ ਨਹੀਂ ਹੈ ਇੰਨਾ ਕੁ ਲਾਭ ਹੁੰਦਾ ਔਰ ਇਹਦਾ ਬਹੁਤਾ ਲਾਭ ਨਹੀਂ ਹੈ ਥੋੜ੍ਹਾ ਜਿਹਾ ਲਾਭ ਜ਼ਰੂਰ ਹੈ ਇਹਦਾ ਇਸ ਕਰਕੇ ਅਲੱਗ ਵਰਦੀ ਹੈ ਹੁਣ ਸਫਾਈ ਹੈ ਸਫਾਈ ਤਾਂ ਵਰਦੀ ਪਾਈ ਹੋਈ ਹੈ ਉਹ ਜੇ ਲੜਦੇ ਹੋਣ ਉਹਨਾਂ ਨੂੰ ਹਟਾ ਤਾਂ ਸਕਦਾ ਇੱਕ ਦੀ ਮਦਦ ਨਹੀਂ ਕਰ ਸਕਦਾ ਘਰਦੇ ਵੀ ਉਹਦੇ ਲੜਦੇ ਹੋਣ ਚਾਹੇ ਭਾਈ ਉਹਦਾ ਇਹ ਨਹੀਂ ਫਰਜ ਹੈਗਾ ਵੀ ਡਾਂਗ ਫੜ ਕੇ ਉਹਨਾਂ ਦੇ ਮਦਦ 'ਤੇ ਉਹਨੂੰ ਕੁੱਟਣ ਲੱਗ ਜੂਗੇ ਇਹ ਨਹੀਂ ਕਿਉਂਕਿ ਉਹਦੀ ਵਰਦੀ ਪਾਈ ਹੈ ਨਿਊਟਰਲ ਹੈ ਵਰਦੀ ਵਾਲਾ ਨਿਊਟਰਲ ਹੈ ਉਹਦੇ ਖਿਆਲ ਤਾਂ ਤੂੰ ਮੁਲਜ਼ਮ ਨੇ ਹਟਾ ਸਕਦਾ ਤੂੰ ਹਟਾ ਸਕਦਾ ਆਪਣੇ ਨੂੰ ਵੀ ਕਹਿ ਸਕਦਾ ਵੀ ਤੁਸੀਂ ਵਾਧਾ ਨਹੀਂ ਕਰਨਾ ਤੁਸੀਂ ਵੀ ਮੁਲਜ਼ਮ ਹੋਏ ਜਾਈਓ ਇਹ ਵੀ ਮੁਲਜ਼ਮ ਹੋਏ ਜਾਣੇ ਨਿਊਟਰਲ ਰਹਿ ਕੇ ਗੱਲ ਕਰੂਗਾ ਉਹਦਾ ਫਰਜ਼ ਨਿਊਟਰਲ ਰਹਿਣਾ ਬਣਦਾ ਜੇ ਨਹੀਂ ਰਹਿੰਦਾ ਉਹ ਅਲੱਗ ਗੱਲ ਹੈ ਜੇ ਉਹ ਨਹੀਂ ਰਹਿੰਦਾ ਅਲੱਗ ਗੱਲ ਹੈ ਪਰ ਉਹਦਾ ਫਰਜ਼ ਨਿਊਟਰਲ ਰਹਿਣਾ ਬਣਦਾ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਤੇ ਅੱਗੇ ਮਿਲਦਾ ਉਹ ਹੈ ਜੇ ਖੱਟੇ ਘਾਲੇ ਤੇ ਕਿਸੇ ਨੂੰ ਦਵੇ ਕਿਹਨੂੰ ਦਵੇ ਪੜ੍ਹਨ ਨੂੰ ਦਵੇ ਪੜ੍ਹਨ ਨੂੰ ਦੇ ਦੇ ਚਾਹੇ ਖੱਟੇ ਘਾਲ ਕੇ ਕੋਈ ਉਪਦੇਸ਼ ਹੈ ਜੋ ਗਿਆਨ ਤੁਸੀਂ ਹਾਸਿਲ ਕੀਤਾ ਕਿਸੇ ਨੂੰ ਦੇ ਦੇ ਪੜ੍ਹਨ ਨੂੰ ਦੇ ਦੇਵੇ ਆਹ ਗਿਆਨ ਖੱਟੇ ਘਾਲੇ ਭਗਤਾਂ ਨੇ ਦਿੱਤਾ ਪੜ੍ਹਨ ਨੂੰ ਮੈਂ ਲਿਆ ਨਹੀਂ ਲਿਆ ਵੀ ਹੈ ਕਈਆਂ ਨੇ ਮਤੀਦਾਸ ਨੇ ਸਤੀਦਾਸ ਨੇ ਜਿਹਨਾਂ ਨੇ ਲਿਆ ਉਹ ਧਰ ਵੀ ਗਏ ਪਰ ਜਿਹੜਾ ਤਸਕਰ ਹੁੰਦਾ ਨਾ ਚੋਰ ਹੁੰਦਾ ਤਸਕਰ ਹੁੰਦਾ ਦੂਜੇ ਦੇਸ਼ ਦਾ ਮਾਲ ਲਿਆ ਕੇ ਨਾ ਦੂਜੇ ਦੇਸ਼ ਦੇ ਵਿੱਚ ਮੁਨਾਫੇ ਦੇ ਵਿੱਚ ਇੱਥੇ ਦਾ ਗਿਆਨ ਹੈ ਜਿਹੜਾ ਸੰਸਾਰ ਦਾ ਮਾਲ ਹੈ ਸੱਚਖੰਡ 'ਚ ਜਾ ਕੇ ਵੇਚਣਾ ਯਾਨੀ ਦੁਨਿਆਵੀ ਗਿਆਨ ਨੂੰ ਸੰਸਾਰੀ ਗਿਆਨ ਨੂੰ ਨਿਰਾਕਾਰੀ ਦੁਨੀਆਂ ਦੇ ਵਿੱਚ ਜਾ ਕੇ ਵੇਚ ਦੇਣਾ ਤਸਕਰ
निराकारी ज्ञान का जोड़ा हैगा पता है दुध, निराकारी ज्ञान का दुध है, जोड़ा संसारी ज्ञान वह कांजी है। पहला भी आप कांजी की गल की, दुध में कांजी पा देनी दुनिया के अपराध है ना, ये गलत है। जे नहीं है कि थोड़े को दुध दुध पाने दुध दुध पा दिए बच जाता, जो अगले को दुध किलो हैगा तुम दो तोड़े होर पाता, दो तोड़े का बढ़िया ही होता, जो बधा नहीं सकते बराबर का ही दुध है तो दुध ना दुध चलो जब दो विचार कर दोहां का ही बधूगा। खट्टे काले दे जो खट्ट काले है, जो फालतू सोची तेनू हुई है उन्होंने वंड के छकना, यही है किरत करना, नाम जपना, किरत करना, वंड छकना, किरत करना आ करता है, वो संसारी किरत नहीं हैगी, आ किरत करूंगा इनू वंड के छक सकता, क्योंकि ये किरत कला नहीं कर सकता, कला नहीं कर सकता, ये तो ये परमेश्वर दे बिना मदद से एक करते प्राप्ति नहीं होती। जितना कल्ले ने प्राप्ति नहीं की तो कल्ला खा के मैं सकता, जो प्राप्ति नहीं कल्ला कर सकता तो कम से कम जेडे ओदे बंदे ने परमेश्वर के बंदे ने जिन्होंने यदि भुख है उन्होंने भी तो दे तू, जो जिन्होंने नहीं लैना ना लवे, जे किसी को भुख है ये नहीं हो सकता तू कहे भी मैं दसना नहीं किसी ने, होर जे ज्ञान ने लोग दसते नहीं, पर यह जिन्होंने मिलता तो काला हो जाता बहुत दसन, यदा रखे नहीं हों, टिकता ही नहीं है। महला पहला, ज्यों जोरू सिर नामनी आवे वारो वार, जूठे जूठा मुखवसा नित नित होए खा, नित नित होए खा। एवें जिमें औरतों यह जी मंथली का रोग है, देखो हूँ ये अश्लील गल है, एक सोचा जाए जिमें वो सोचते हैं विद्वान, यदि की लौड़ सी जी इतने करने की गल, यह अश्लील है कि इतने लौड़ सी ब्रह्म ज्ञान के विचे क्यों की, कोई लौड़ ही नहीं सी इतने, तो होर भी किसी गल कह के समझाई जा सकती, ਇਹ ਵਿਸ਼ਾ ਹੈ ਗੁਰਬਾਣੀ ਵਿੱਚ। ਥੋੜ੍ਹੀ ਜਿਹੀ ਗੱਲ ਕਹਿ ਕੇ ਦੇਖੀਏ ਵੀ ਇਹ ਬਰਦਾਸ਼ਤ ਕਰਨਗੇ, ਇਹ ਗੱਲ ਕਹੀ ਤਾਂ ਇਹਨਾਂ 'ਤੇ ਕੀ ਅਸਰ ਪੈਂਦਾ, ਮਨ ਵਿਚਲਿਤ ਹੁੰਦਾ ਆ, ਮਨ ਟਿਕਿਆ ਰਹਿੰਦਾ ਉੱਥੇ ਹੀ ਰਹਿੰਦਾ ਟਿਕਿਆ ਹੈ ਜਿੱਥੇ ਟਿਕਿਆ ਹੋਇਆ ਸੀ, ਮਨ ਨੂੰ ਟਿਕਾ ਕੇ ਗੱਲ ਕਹੀ ਹੈ, ਚੁੰਡੀ ਵੱਢ ਕੇ ਦੇਖੀ ਹੈ ਵੀ ਇਹਨੂੰ ਪਤਾ ਲੱਗਦਾ ਚੁੰਡੀ ਦਾ ਆ, ਇਹਨੂੰ ਪਤਾ ਹੀ ਨਹੀਂ ਸਰੀਰ ਨਾਲ ਜੁੜਿਆ ਹੋਇਆ ਨਹੀਂ ਹੈ, ਸਾਖੀ ਹੈ ਦੋ ਜਾਣੇ ਕਿਹੜੇ ਕਿਹੜੇ ਨੇ ਉਹ ਦੱਸੇ ਬੈਠੇ ਨੇ, ਹਾਂ ਸਿ ਲਖਮੀ ਚੰਦ ਔਰ ਸ੍ਰੀ ਚੰਦ, ਪਤਾ ਨਹੀਂ ਦੋਹਾਂ ਦੀ ਸਾਖੀ ਬਣਾਈ ਹੋਈ ਹੈ, ਅੱਗੇ ਗੁਰੂ ਨਾਨਕ ਨੇ ਦੇਤੀ ਸੂਈ, ਦੋਹਾਂ 'ਚੋਂ ਕਿਹਨੂੰ ਗੱਦੀ ਦੇਣੀ, ਕਹਿੰਦੇ ਵੀ ਸੂਈ 'ਚ ਭੋ ਕੇ ਦੇਖਿਓ, ਜਿਹਨੂੰ ਤਾਂ ਪਤਾ ਲੱਗ ਗਿਆ ਸੂਈ 'ਚ ਭੋਈ ਤੇ ਉਹ ਤਾਂ ਕਾਬਲ ਨਹੀਂ ਹੈ, ਜਿਹਨੂੰ ਸੂਈ ਸਾਰੀ ਉਹ 'ਚ ਭੋਤੀ ਪਤਾ ਹੀ ਨਾ ਲੱਗਿਆ ਉਹ ਠੀਕ ਹੈ, ਸਰੀਰ ਨਾਲ ਜੁੜਿਆ ਹੋਇਆ ਜਿਹਨਾਂ ਸੂਈ ਦਾ ਪਤਾ ਲੱਗ ਗਿਆ ਤਾਂ ਸਰੀਰ ਨਾਲ ਜੁੜਿਆ ਬੈਠਾ ਉਹ ਤਾਂ ਕਾਹਦੀ ਸਮਾਧੀ ਹੈ ਉਹਦੀ,